ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਔਰ ਵਾਸੀ ਫੈਮਿਲੀ ਚੈਨਲ। ਅੱਜ ਹੈਗਾ ਜੀ ਦਿਨ ਬੁੱਧਵਾਰ, ਤਰੀਕ 26 ਜੂਨ, ਅਤੇ ਅਸੀਂ ਚੱਲੇ ਹਾਂ ਜੀ ਅੱਜ ਫਿਰ ਚੰਡੀਗੜ੍ਹ, ਕਿਉਂਕਿ ਤੁਹਾਨੂੰ ਪਤਾ ਹੀ ਉਹ ਜਿਹੜਾ ਪਾਸਪੋਰਟ ਦਾ ਚੱਕਰ ਹੈ, ਉਹ ਅੱਜ 5ਵਾਂ ਗੇੜਾ ਸਾਡਾ ਚੰਡੀਗੜ੍ਹ ਦਾ ਲੱਗ ਰਿਹਾ। ਤੁਸੀਂ ਆਪ ਹਿਸਾਬ ਲਾ ਲਓ ਵੀ ਕਿੰਨਾ ਸਾਨੂੰ ਮਹਿੰਗਾ ਅਤੇ ਕਿੰਨਾ ਸਾਡਾ ਟਾਈਮ ਜਿਹੜਾ ਉਹ ਖਰਾਬ ਕਰਤਾ। ਅਤੇ ਅਗੇਨ ਅਸੀਂ ਅੱਜ ਚੱਲੇ ਹਾਂ ਚੰਡੀਗੜ੍ਹ ਵਾਸਤੇ, ਅਤੇ ਉੱਧਰ ਸਵੇਰੇ ਸਵੇਰੇ ਦਾ ਨਾਸ਼ਤਾ ਤਿਆਰ ਹੋ ਰਿਹਾ। ਪਿਛਲੀ ਵਾਰ ਮੈਂ ਪਨੀਰ ਵਾਲੇ ਪਕੌੜੇ ਮਾਰਚ ਦਾ ਅਸੀਂ ਅਪਲਾਈ ਕੀਤਾ ਸੀਗਾ, ਮਾਰਚ ਦਾ ਮਹੀਨਾ ਸੀ ਨਾ, ਉਦੋਂ ਅਸੀਂ ਅਪਲਾਈ ਕੀਤਾ ਸੀਗਾ। ਚਲੋ ਜੀ, ਆਪਾਂ ਹੋ ਗਏ ਰੈਡੀ ਜਾਣ ਵਾਸਤੇ, ਫੋਨ ਨੰਬਰ ਆ ਗਿਆ ਥੱਲੇ। ਹੈਂ, ਹਾਂ, ਢੱਕ ਦਿਓ ਥੋੜ੍ਹੀ ਜਿਹਾ, ਦੁੱਧ ਸਾਡਾ ਗਰਮ ਸੀ ਅੰਦਰ, ਏ ਸੀ ਵਾਲੇ ਰੂਮ 'ਚ ਰੱਖਤਾ, ਏ ਸੀ ਤਾਂ ਬੰਦ ਹੈ, ਬਸ ਪੱਖਾ ਲਾ ਦਿੱਤਾ। ਆ ਜਾਓ ਫਟਾਫਟ, ਆ ਜਾਓ, ਪੱਖਾ ਚੱਲ, ਬੂਹਾ ਨਾ ਬੰਦ ਕਰੋ, ਬੂਹਾ ਸੱਚ ਕੂਲਿੰਗ ਰਹੂਗੀ, ਬੰਦ ਕਰ ਦਿਓ ਬੂਹਾ, ਬੰਦ ਰਹਿੰਦੀ ਚਿੱਲਾ ਦਿਓ, ਤਾਲਾ ਲਾ ਲਓ। ਤੁਰ ਲੱਗਿਆ, ਪਰਸ ਗੁੰਮ ਹੋ ਜਾਂਦਾ। ਲੋਅਰ ਟੰਗੀ ਦੇਖੋ ਦਰਵਾਜ਼ੇ 'ਤੇ ਤੁਹਾਡੀ, ਆਹ ਦੇਖੋ ਇੱਧਰ ਸਾਹਮਣੇ 'ਤੇ, ਆ ਛੇਤੀ ਆ ਜਾਓ, 9 ਵੱਜ ਗਏ, ਤੁਰਨਾ 8 ਵਜੇ ਹੀ। ਅਮਨ ਆਈ ਨੀ ਨਾਲ, ਕਹਿੰਦੇ ਅਮਨ ਨੇ ਆਉਣਾ, ਕੱਲੂ ਕੀ ਬੈਠੀ ਸੀ ਥੱਲੇ। ਓਹੋ, ਅਮਨ ਨੀ ਆਈ ਕਿਉਂ? ਉਹ ਤਾਂ ਕਹਿੰਦੀ ਆਉਣਾ। ਲਓ ਜੀ, ਆਪਾਂ ਇਸ ਟਾਈਮ ਹੈਗੇ ਹਾਂ ਚੁੰਨੀ ਲਾਂਡਰਾ ਰੋਡ 'ਤੇ, ਅਤੇ ਮੋਹਾਲੀ ਨੂੰ ਜਾ ਰਹੇ ਹਾਂ। ਅਤੇ ਮੈਂ ਵੀਡੀਓ ਇਹ ਤਾਂ ਦਿਖਾ ਰਿਹਾ ਵੀ ਦੇਖੋ ਮੌਸਮ, ਦੇਖੋ ਔਸਮ ਹੋਇਆ ਪਿਆ, ਪਰ ਬਾਹਰ ਹੈਗੀ ਗਰਮੀ ਹੈ, ਪਰ ਐਂ ਵੀ ਉਹ ਦੂਸਰੀ ਗਰਮੀ ਤੋਂ ਪਾਲੀ ਗਰਮੀ ਨਹੀਂ ਹੈਗੀ, ਗਰਮੀ ਬਿਲਕੁਲ ਨੋਰਮਲ ਹੋਈ ਪਈ ਹੈ। ਅਤੇ ਇਹ ਜਿਹੜੀ ਛਾਂ ਜੀ ਹੋਈ ਪਈ ਹੈ ਬੱਦਲਾਂ ਦੀ ਨਾ, ਇਹਨੇ ਬਹੁਤ ਜ਼ਿਆਦਾ ਵਧੀਆ ਮੌਸਮ ਕਰਤਾ। ਅਤੇ ਹਾਂ, ਮੀਂਹ ਆਈ ਜਾਊਗਾ ਜਿਸ ਹਿਸਾਬ ਨਾਲ ਬੱਦਲ ਘੁਲੇ ਜੇ ਪੈ ਰਹੇ ਨਾ। ਸਵੇਰੇ ਆਪਣੇ ਹੋ ਰਹੀ ਸੀ, ਧੁੱਪ ਨਹੀਂ ਨਿਕਲੀ ਸੀ, ਪਰ ਥੋੜ੍ਹੀ ਜਿਹੀ ਉੱਥੇ ਘੱਟ ਸੀ, ਇੱਥੇ ਬਹੁਤ ਵਧੀਆ ਹੋਇਆ ਪਿਆ ਮੌਸਮ। ਚਲੋ ਜੀ, ਮੀਂਹ ਪੈ ਜੇ ਚੰਗੀ ਗੱਲ ਹੈ, ਕਿਉਂਕਿ ਬਰਸਾਤ ਨਾਲ ਮੌਸਮ ਵੀ ਖੁਸ਼ਨੁਮਾ ਹੋ ਜੂਗਾ ਥੋੜ੍ਹਾ ਜਿਹਾ, ਸਾਨੂੰ ਵੀ ਰਾਹਤ ਮਿਲੂਗੀ, ਸਾਨੂੰ ਵੀ ਸਾਰਿਆਂ ਨੂੰ ਰਾਹਤ ਮਿਲੂਗੀ। ਅਤੇ ਬਾਕੀ ਪਹੁੰਚਦੇ ਹਾਂ ਜੀ ਮੋਹਾਲੀ, ਮੋਹਾਲੀ ਜਾ ਕੇ ਬਣਾਉਂਦੇ ਹਾਂ ਫਿਰ ਵੀਡੀਓ, ਦੇਖਦੇ ਹਾਂ ਕਿਹੜੀ ਵੀਡੀਓ ਬਣਦੀ ਹੈ। ਲਓ ਜੀ, ਪਹੁੰਚ ਗਏ ਸੀ ਅਸੀਂ ਮੋਹਾਲੀ, ਅਤੇ ਹਜੇ ਸਾਡਾ ਅੱਧਾ ਕੰਮ ਰਹਿੰਦਾ, ਅਤੇ ਉਹਨਾਂ ਨੇ ਕਿਹਾ 2 ਵਜੇ ਆਇਓ, ਅਤੇ ਟਾਈਮ 1 ਵਜੇ ਦਾ ਹੋ ਗਿਆ, ਅਤੇ ਅਸੀਂ ਰੋਟੀ ਖਾ ਰਹੇ ਹਾਂ, ਭੁੱਖ ਲੱਗੀ ਸਾਨੂੰ ਘੁੰਮ ਘੁੰਮ ਕੇ, ਅਸੀਂ 2 ਵਜੇ ਜਾਣਾ, ਪਤਾ ਨਹੀਂ ਕੀ ਕਹਿਣਾ ਉਹਨਾਂ ਨੇ, ਸਾਰੀ ਰੋਟੀ ਖਾ ਲਈ, ਫਿਰ ਚੇਤਾ ਆਇਆ ਕਿ ਦੱਸ ਦਈਏ ਵੀਡੀਓ ਬਣਾ ਲਈ ਅਸੀਂ। ਹੁਣ ਅਸੀਂ ਚੱਲਿਆ ਚਾਹ ਪੀਣ, ਤੁਸੀਂ ਗੱਡੀਆਂ ਵੇਖੀ ਜਾਓ ਕਿ ਆਹ ਵਧੀਆ ਅਤੇ ਆਹ ਵਧੀਆ, ਲੈਣੀ ਵੀ ਕੋਈ ਕਿ ਬਸ ਸਵਾਦ ਹੀ ਲੈਣਾ। ਅਲਮ ਚੁੱਪ, ਕੀ ਕਿਹਾ, ਕੀ ਕਿਹਾ, ਕੀ ਕਿਹਾ,
ਆਪਾਂ ਬਸ ਅਸੀਂ ਟੇਸਟ ਕਰ ਕਰਕੇ ਟਾਈਮ ਪਾਸ ਕਰੀ ਜਾਵਾਂਗੇ। ਹਾਂ ਬਸ ਆਹੀ ਕੰਮ ਆ। ਹਾਂ ਠੀਕ ਹੈ ਨਾ, ਬਸ ਦੇਖਾਂਗੇ ਕੋਈ ਨਾ, ਦੇਖਦੇ ਆ ਲੈਣੀ ਕਿ ਨਹੀਂ ਲੈਣੀ ਹੈ ਨਾ। ਲਈ ਚਾਹ ਨਾਲ ਨਿੰਬੂ ਪਵਾ ਲਿਓ, ਥੋੜ੍ਹੇ ਜਿਹੇ ਚਾਹ ਦੇ ਦਿਓ, ਨਾਲ ਹੀ ਨਿੰਬੂ ਪਏ ਨੇ। ਨਿੰਬੂ ਵਾਲੀ ਚਾਹ, ਨਿੰਬੂ ਵਾਲੀ ਚਾਹ ਗਰਮ ਨਹੀਂ ਹੋਊਗੀ। ਮਸਾਲਾ ਹੀ ਪਾਉਂਦੇ ਨੇ? ਹਾਂ ਕਿਹੜਾ ਮਸਾਲਾ? ਚਾਟ ਮਸਾਲਾ, ਉਹ ਜਲ ਜੀਰਾ ਬਣ ਡਿਆ ਪਰਲੇ ਪਾਸੇ, ਉਹ ਦੇਖੋ ਜੀਰਾ ਪਾ ਕੇ ਚਾਹ ਬਣਾਉਂਦੇ ਨੇ। ਪੁੱਛੋ ਜਾ ਕੇ ਘਰੇ, ਤਾਂ ਤੁਸੀਂ ਕੱਪ ਭਰ ਕੇ ਪੀਂਦੇ, ਉਰੇ ਕਹਿੰਦੇ ਤੁਸੀਂ ਚਾਹ ਇੰਨੀ ਹੋਵੇ। ਚਾਹ ਹੋਣੀ ਇੰਨੀ ਕੁ ਚਾਹੀਦੀ ਹੈ ਬਸ, ਫਿਰ ਇੰਨੇ 'ਚ ਹੀ ਬੰਦਾ ਖਿੜ ਜਾਂਦਾ ਹੁੰਦਾ। ਠੀਕ ਹੈ, ਦੁੱਧ 'ਚ ਪੱਤੀ ਹੈ ਚਾਹ ਕਰੀ। ਚਾਹ ਦੱਸੋ ਕਿਵੇਂ? ਵਧੀਆ ਵਧੀਆ, ਫਸਟ ਕਲਾਸ। ਸਿਲਵਰ ਆ ਰਹੇ। ਲਓ ਜੀ, ਫਾਈਨਲੀ ਸਾਡਾ ਹੋ ਗਿਆ ਕੰਮ, ਅਤੇ ਪਾਸਪੋਰਟ ਆਫਿਸ ਦੇ ਵਿੱਚੋਂ ਜਿਹੜਾ ਸਾਡਾ ਰਹਿੰਦਾ ਸੀ, ਅੱਜ ਪੰਜਵਾਂ ਗੇੜਾ ਸੀਗਾ, ਪੰਜਵੇਂ ਗੇੜੇ 'ਚ ਸਾਡਾ ਕੰਮ ਫਾਈਨਲੀ ਹੋ ਗਿਆ। ਅੱਜ ਮੈਂ ਤਾਂ ਕਰਕੇ ਕੰਮ ਕੰਪਲੀਟ ਹੋ ਗਿਆ। ਹਾਂ ਅਤੇ ਚਲੋ, ਫਾਈਨਲੀ ਜੋ ਵੀ ਸੀਗਾ ਕੰਮ ਹੋ ਗਿਆ। ਨਹੀਂ ਤਾਂ ਸਟਾਰਟਿੰਗ ਦੇ ਵਿੱਚ ਤਾਂ ਇਹੀ ਸੀਗਾ, ਪਹਿਲਾਂ ਤਾਂ ਉਹਨਾਂ ਮਨਾ ਹੀ ਕਰਤਾ ਵੀ ਤੁਹਾਡੇ ਸਰਟੀਫਿਕੇਟ ਉੱਥੋਂ ਬੋਰਡ ਤੋਂ ਆਏ ਨਹੀਂ ਹੈਗੇ, ਪਰ ਅਸੀਂ ਜਿਹੜਾ ਉਹਨਾਂ ਦਾ ਕੋਰੀਅਰ ਨੰਬਰ ਹੁੰਦਾ ਇੰਡੀਅਨ ਡਾਕ, ਇੰਡੀਅਨ ਪੋਸਟ ਆਫਿਸ ਦਾ, ਉਹ ਦਿੱਤਾ ਉਹਨਾਂ ਨੂੰ, ਉਹ ਅਸੀਂ ਲੈ ਕੇ ਆਏ ਸੀ ਉੱਥੋਂ ਪੰਜਾਬ ਬੋਰਡ ਤੋਂ। ਜਦੋਂ ਲੈ ਕੇ ਆਏ ਅਤੇ ਉਹਨਾਂ ਨੂੰ ਦਿਖਾਇਆ, ਫਿਰ ਉਹਨੂੰ ਪਤਾ ਲੱਗਿਆ ਹਾਂ ਆ ਚੁੱਕਿਆ, ਫਿਰ ਜਾ ਕੇ ਸਾਡਾ ਕੰਮ ਬਣਿਆ। ਚਲੋ ਅਸੀਂ ਉਹਨਾਂ ਦੀ ਜਾਣ ਨਹੀਂ ਛੱਡੀ ਉਹਨਾਂ ਦੀ, ਭਾਈ ਸਾਨੂੰ ਦਿਓ। ਬਾਕੀ ਗੱਲ ਹੈ, ਬੁੱਧਵਾਰ ਨੂੰ ਕਹਿੰਦੇ ਇਹ ਬੰਦ ਹੁੰਦਾ, ਕਸਟਮਰ ਡੀਲਿੰਗ ਬੰਦ ਹੁੰਦੀ ਆ, ਤਾਂ ਭਾਈ ਜਿਹੜੇ ਬੰਦੇ ਬੁੱਧਵਾਰ ਨੂੰ ਨਾ ਆਇਓ ਪਾਸਪੋਰਟ ਆਫਿਸ ਦੇ ਵਿੱਚ, ਇਹਨਾਂ ਦਾ ਆਫਿਸ ਜਿਹੜਾ ਹੁੰਦਾ ਬੰਦ ਹੁੰਦਾ, ਕਸਟਮਰ ਡੀਲਿੰਗ ਬੰਦ ਹੁੰਦੀ ਆ, ਕਹਿੰਦਾ ਮਤਲਬ ਇਹ ਆ। ਅੱਛਾ, ਪਾਸਪੋਰਟ ਤੇਰਾ ਬਣਿਆ ਤੇ ਕਲਿੰਦਰ ਪਾਰਟੀ ਦੂਗਾ ਹੈ। ਚਲੋ ਲੰਟਾ ਮਾਲ ਚੱਲੀਏ ਫਿਰ। ਚਲੋ ਬਾਈ, ਸਲਾਹ ਕਰਕੇ ਟੀ ਸ਼ਰਟ ਪਾ ਕੇ ਆਏ ਕਾਲੀ। ਹਾਂ ਅਸੀਂ ਕਹਿੰਦੇ ਕਾਲੀ ਗੱਡੀ, ਕਾਲੇ ਬੂਟ ਨੇ, ਕਾਲੇ ਸੂਟ ਨੇ। ਅੱਛਾ, ਤੁਹਾਡੇ ਕੰਮ ਵੀ ਕਾਲੇ ਨੇ, ਅਸੀਂ ਤਾਂ ਸਲਾਹ ਕਰਕੇ ਪਾ ਗਏ। ਤੁਹਾਡੇ ਕੰਮ ਕਾਲੇ ਫੜ ਲੈਣਾ ਕਿਸੇ ਨੇ ਤੁਹਾਨੂੰ। ਪਹਿਲਾਂ ਗੁਰਦੁਆਰਾ ਸਾਹਿਬ ਜਾਵਾਂਗੇ ਮੱਥਾ ਟੇਕਣ ਕੱਲ ਨੂੰ, ਤੇ ਫਿਰ ਘਰੇ ਮਠਿਆਈ ਲੈ ਕੇ ਜਾਵਾਂਗੇ। ਠੀਕ ਹੈ, ਚਲੋ। ਲੋ ਜੀ, ਅਸੀਂ ਪਹੁੰਚ ਗਏ ਲੰਟੇ ਮਾਲ, ਐਲੰਟੇ ਮਾਲ ਦੇ ਵਿੱਚ ਜ਼ਿਆਦਾਤਰ ਦੁਨੀਆ ਕਿਸ ਲਈ ਆਉਂਦੀ ਹੋਏਗੀ ਤੁਹਾਨੂੰ? ਹਾਂ, ਇਹ ਮਾਲ ਦੇਖਣ ਵਾਲਾ ਹੁੰਦਾ ਤਾਂ ਇੱਥੇ ਸਾਰੀ ਦੁਨੀਆ ਆਉਂਦੀ ਹੈ। ਅਤੇ ਆਹ ਦੇਖੋ ਡੱਡੂ ਬੈਠਾ, ਆਹ ਫਰੋਗ, ਇਹ ਬੱਚਿਆਂ ਦਾ ਖੇਡਣ ਵਾਲਾ ਬਣਾਇਆ, ਤੁਹਾਨੂੰ ਬੱਚਿਆਂ ਦੇ ਖੇਡਣ ਵਾਸਤੇ ਬਣਾਇਆ ਹੋਇਆ। ਚਲੋ, ਬਾਕੀ ਬਹੁਤ ਜ਼ਿਆਦਾ ਟ੍ਰੈਫਿਕ ਆ ਸਾਹਮਣੇ, ਗੱਡੀ ਇੱਕ ਇੱਕ ਇੰਚ ਵੱਧ ਰਹੀ ਹੈ। ਲੈ ਬਈ ਚੱਲ ਪਈ, ਚੱਲ ਦੇਖ ਕੇ ਆਈਏ ਕੀ ਮਾਹੌਲ ਹੈ, ਕਿਆ ਬਾਤ ਹੈ। ਡਾਇਨਾਸੋਰ ਹੈ, ਤੁਸੀਂ ਤਾਂ ਡੱਡੂ ਕਹਿ ਰਹੇ ਸੀ, ਮੈਨੂੰ ਲੱਗਿਆ ਡੱਡੂ ਹੈ, ਇਹ ਤਾਂ ਡਾਇਨਾਸੋਰ ਆ, ਪਿੱਛੇ ਪੂੰਛ ਬਣੀ ਹੋਈ ਹੈ ਦੇਖ। ਹਾਂ ਆ ਸੀ ਡਾਇਨਾਸੋਰ, ਉਹ ਪਾਣੀ ਚ, ਬਿਨਾਂ ਪਾਣੀ ਤੋਂ ਆ ਨਵਾਂ ਬਣਾਇਆ, ਹੁਣ ਪਹਿਲਾਂ ਨਹੀਂ ਸੀ।
ਕਲਵਿੰਦਰ ਕਿੱਥੇ ਰਹਿ ਗਿਆ? ਦੇਖ ਰਿਹਾ ਡਾਇਨਾਸੌਰ, ਉੱਥੋਂ ਤੇ ਨਹੀਂ ਦੇਖਦਾ, ਇੱਥੋਂ ਦੇਖ ਰਿਹਾ ਫਤਿਹ ਦੇਖ, ਤੇਰੇ ਵਰਗਾ ਡੰਮੂ ਵਰਗਾ। ਕੁਲਵਿੰਦਰ ਕਿੱਥੇ ਰਹਿ ਗਿਆ? ਹਜੇ ਤਾਂ ਗੱਡੀ ਨਹੀਂ ਲਾਈ ਪਾਰਕਿੰਗ 'ਚ, ਆ ਕਦੇ ਅੰਦਰ ਜਾਂਦਾ ਕਦੇ ਬਾਹਰ ਹੁੰਦਾ। ਹਾਂ ਕੁਲਵਿੰਦਰ ਦੀ ਮੈਚਿੰਗ ਹੋ ਗਈ ਉਹਦੇ ਨਾਲ, ਦੀਦੀ ਨਾਲ। ਹਾਂ ਫਤਿਹ ਨੇ ਕਹਿਣਾ ਸੀ ਮੈਂ ਨਹਾਉਣਾ ਇੱਥੇ, ਲਾ ਦਿਓ ਮੇਰੇ ਕੱਪੜੇ। ਕੁਛ ਨਹੀਂ ਦੱਸਣਾ ਹੈਗਾ, ਆਵਾਜ਼ ਵੀ ਆਉਂਦੀ ਹੈ। ਉਹ ਡਾਇਨਾਸੌਰ ਫਤਿਹ ਫਤਿਹ ਡਾਇਨਾਸੌਰ ਉਹ ਸਾਰੇ ਸਾਰੇ ਡਾਇਨਾਸੌਰ ਕੰਮ ਕਰ ਰਹੇ ਨੇ। ਉਧਰੋਂ ਦਿਖਾਇਆ ਕਿ ਉਹ ਲਾਵਾ ਉੱਥੋਂ ਨਿਕਲ ਰਿਹਾ, ਦੇਖੋ ਦੁਆਲਾ। ਕਿੱਧਰ ਚੱਲੇ ਹੋ? ਉੱਪਰ ਉੱਥੇ ਤਾਂ ਪਸੰਦ, ਉੱਥੇ ਤਾਂ ਨਹੀਂ ਪਸੰਦ ਆਇਆ ਕੁਛ, ਹੁਣ ਕਿੱਥੇ ਜਾਣਾ? ਬਸ ਐਂ ਟਾਈਮ ਪਾਸ ਕਰਦੇ ਫ੍ਰੀ ਜਾਣਾ ਆਪਾਂ। ਚਲੋ ਕਹਿੰਦੇ ਆਈਫੋਨ ਲੈਣਾ 1,25,000 ਦਾ, ਦੇਖੋ ਕਿਹੜਾ ਲੈਣਾ।